ਕਿਡਜ਼ੀ ਪ੍ਰੀ ਸਕੂਲ ਜੋ ਕਿ ਪਾਮ ਇਨਕਲੇਵ ਲੁਧਿਆਣਾ ਵਿਖੇ ਸਥਿਤ ਹੈ। ਬੀਤੇ ਦਿਨੀ ਕਿਡਜ਼ੀ ਪ੍ਰੀ ਸਕੂਲ ਵੱਲੋਂ ਇਸ਼ਮਿਤ ਮਿਊਜ਼ਿਕ ਅਕੈਡਮੀ ਵਿਖੇ ਬੇਬੀ ਸ਼ੋਅ 2019 ਬੜੀ ਵਿਵੇਕਤਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ, ਜਿਸ ਵਿੱਚ ਪਲੇ ਗਰੁੱਪ, ਨਰਸਰੀ, ਜੂਨੀਅਰ KG, ਸੀਨੀਅਰ KG ਅਤੇ ਨੌਨ ਕਿਡਜ਼ੀਅਨ ਬੱਚਿਆਂ ਨੇ ਵੱਧ ਤੋਂ ਵੱਧ ਉਤਸ਼ਾਹ ਨਾਲ ਭਾਗ ਲਿਆ। ਇਸ ਸਮਾਰੋਹ ਦਾ ਉਦਘਾਟਨ ਉੱਗੀਆਂ ਸ਼ਖਸੀਅਤਾਂ ਸ਼੍ਰੀ ਸੁਮੰਤ ਬੱਤਰਾ, ਟੈਰੇਟਰੀ ਫਰੈਂਚਾਈਜ਼ੀ ਡਿਵੈਲਪਮੈਂਟ ਮੈਨੇਜਰ, ਸ਼੍ਰੀਮਤੀ ਮਨਦੀਪ ਬੱਤਰਾ, ਮਿਸਿਲ ਲੁਧਿਆਣਾ 2019 ਅਤੇ ਕਿਡਜ਼ੀ ਪ੍ਰੀ ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਪਰਵਿੰਦਰ ਕੌਰ ਅਤੇ ਚੇਅਰਮੈਨ ਸ਼੍ਰੀ ਚਰਨਜੀਤ ਸਿੰਘ ਦੁਆਰਾ ਕੀਤਾ ਗਿਆ। ਇਹ ਸਮਾਰੋਹ ਦੁਪਹਿਰ 3:30 ਵਜੇ ਮੁੱਖ ਮਹਿਮਾਨਾਂ ਦੇ ਫੁੱਲਾਂ ਦੇ ਸਵਾਗਤ ਅਤੇ ਦੀਵੇ ਨੂੰ ਰੁਸ਼ਨਾਉਣ ਨਾਲ ਆਰੰਭ ਹੋਇਆ। ਇਸ ਮੌਕੇ ਪਲੇ ਗਰੁੱਪ, ਨਰਸਰੀ, ਕਿੰਗਰਗਾਰਟਨ ਅਤੇ ਨੌਨ ਕਿਡਜ਼ਨ ਨਿੱਕੇ ਨਿੱਕੇ ਬੱਚਿਆਂ ਅਤੇ ਪ੍ਰਤਿਭਾਸ਼ਾਲੀ ਮਾਪਿਆਂ ਦੁਆਰਾ ਭਰਪੂਰ ਪੇਸ਼ਕਾਰੀਆਂ ਕੀਤੀਆਂ ਗਈਆਂ। ਅੰਤ ਵਿੱਚ ਸ਼ੋਅ, ਖਿਤਾਬ ਅਤੇ ਇਨਾਮ ਵੰਡ ਦੇ ਕੇ ਪ੍ਰੋਗਰਾਮ ਸਮਾਪਤ ਹੋਇਆ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਇਸ ਮੌਕੇ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। Thank you.
2019 of Kidzee Farm Enclave. It's a great day, one we have been planning and waiting for it. I, Parminder Kaur, the director of Kidzee Farm Enclave, welcome you all with all my heart. I look around the stage and am in awe with the collective expertise gathered here. We are deeply honored to welcome you. It's all because of your love and care that we have grown this much. Now, I think without wasting so much time, let's begin the baby show. Let's start. देखो मान लिया ना, बीवी चलाती है, बीवी ने बोला जेब ठीक करो, अपनी ठीक करो, सर ने अभी कर लिया, इसे बोलते हैं आज्ञाकारी पति। जोरदार तालियां सर के लिए भाई। नेक्स्ट वी हैव द स्मार्ट बेबी एंड दैट्स टू टोकन नंबर 6, दैट्स द वेरी स्मार्ट बेबी। जोरदार तालियां भाई, कम ऑन। मैडम ने हूं नहीं बोलना, तुम कोर्ट ठीक करो तो कभी कुछ ठीक करो। सलमान खान हो? अरे वाह, क्या बात बोल दी हो, मजा आ गया। ऐसन बोलो, हम तुम में इतने छेद करेंगे, बोलो। हाँ, ओए, क्या टाइमिंग थी, क्या ने यहाँ पे किया है। ऐसे शोज हमेशा होते रहने चाहिए बच्चों के लिए स्पेशली, क्योंकि मुझे याद है कि जब मैं छोटी थी तो मुझे ऐसे स्टेज की मैं मतलब इंतजार होता था कि कब मुझे कोई स्टेज पे बुलाए और मैं जाके वहाँ पे परफॉर्म करती हूँ।
तो वहाँ पे जब मैं बचपन में स्टेज मिला तो मैंने कभी छोड़ा नहीं और बड़े होते तक अभी तक नहीं छोड़ा वो। तो शायद वो पेरेंट्स होते हैं जो इंकरेज करते हैं हमें और बड़े होते होते तक हमारे पास इतने टाइटल्स आ जाते हैं कि हम इतने काबिल होते हैं कि यहाँ पे खड़े हो जाते हैं जजेस बन के। थैंक यू सो मच मैम। मुझे लगता है आने वाले टाइम में कुछ बच्चे यहाँ से भी जाएंगे जो एक दिन जजेस की चेयर पर बैठेंगे फिर। थैंक यू सो मच। हाथ तेरे हैं ना ढूंढते।
पेड़ है, चादर ओढ़ है या खड़ा कोई। देखो देखो तेरे लगता लगता कराची जी, सैन मारी जानिए पुकारती जी, दिल कर तेरे नाल तारा, तेरे जिस्म दी खुशबू लाची जी, तेरी अख ते टिकाना कटे तो माशाल्लाह मुंह ਚੁੜਾ ਰੰਗ ਲਾ ਤੂੰ ਪਾ ਚੁੱਪ ਮਾਰੇ ਹਾੜੀਆਂ।
जाने पाए डीजे को समझा दो अभी यही पाके घर गया जी किसी की अदाओं पर मर गया जी बड़ी बड़ी अखियों से डर गया जी
ਏਜਿਸ ਨਹੀਂ ਮਿਲ ਲਈ, ਸਾਰੇ ਬੱਚੇ ਰੱਬ ਦਾ ਰੂਪ ਹੈ, ਸਾਰੇ ਬੱਚੇ ਮੇਰੇ ਲਈ ਵਿਨਰ ਹੈ ਜੋ ਅੱਜ ਇੱਥੇ ਮੌਜੂਦ ਨੇ, ਉਹਨਾਂ ਦੇ ਪੇਰੈਂਟਸ ਮੌਜੂਦ ਨੇ, ਉਹਨਾਂ ਦੀ ਮਿਹਨਤ ਹੈ, ਮੇਰੀ ਟੀਚਰ ਦੀ ਮਿਹਨਤ ਹੈ, ਸਾਡੇ ਸਟਾਫ ਦੀ ਮਿਹਨਤ ਹੈ, ਇਟਸ ਅ ਟੀਮ ਵਰਕ ਬੇਸਿਕਲੀ। ਬਟ ਇਸ ਕਰਕੇ ਲਾਈਕ ਅਸੀਂ ਕਿਸੇ ਵੀ ਬੱਚੇ ਨੂੰ ਛੱਡਣਾ ਨਹੀਂ ਚਾਹਾਂਗੇ। ਮੇਰੇ ਪੇਰੈਂਟਸ ਨੇ ਐਜ਼ ਵੈਲ ਐਜ਼ ਮੇਰੀ ਟੀਚਰਸ ਨੇ, ਮੇਰੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ, ਸਮਝ ਹੀ ਨਹੀਂ ਆ ਰਿਹਾ ਕਿੱਥੋਂ ਸ਼ੁਰੂ ਕਰੀਏ ਅਤੇ ਕਿੱਥੇ ਖਤਮ ਕਰੀਏ। ਯੂ ਨੋ ਸਾਡਾ ਇਹ ਪ੍ਰੋਗਰਾਮ ਦਾ 3 hours ਦਾ ਟਾਈਮ ਸੀ, 4 hours ਅਸੀਂ ਆਲਰੇਡੀ ਲੈ ਚੁੱਕੇ, 4+ ਹੋ ਗਿਆ ਆਈ ਥਿੰਕ। ਸੋ ਖਤਮ ਨਾ ਕਰਦੇ ਹਾਂ, ਤਾਂ ਮਨ ਸੀਗਾ ਸੀ ਮੰਮੀ ਤੁਸੀਂ ਭੱਜਣ ਦੀ ਤਿਆਰੀ ਨਾ ਕਰੋ, ਥੋੜ੍ਹਾ ਜਿਹਾ ਆ ਜਾਓ ਅੱਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਰਵਿੰਦਰ ਕੌਰ। ਅੱਜ ਅਸੀਂ ਕਿਡਜ਼ੀ ਪਾਮ ਇੰਕਲੇਵ ਦਾ ਫੰਕਸ਼ਨ ਬੇਬੀ ਸ਼ੋਅ 2019 ਅਸ਼ਮੀਤ ਮਿਊਜ਼ਿਕ ਅਕੈਡਮੀ ਦੇ ਵਿੱਚ ਰੱਖਿਆ, ਜਿਹਦੇ ਵਿੱਚ ਸਾਡੇ 70 ਬੱਚਿਆਂ ਨੇ ਬਹੁਤ ਚੜ੍ਹ ਕੇ ਭਾਗ ਲਿਆ, ਜਿਸ ਦੇ ਵਿੱਚ ਮੇਰੇ ਸਾਰੇ ਬੱਚਿਆਂ ਦੇ ਨਾਲ ਨਾਲ ਪੇਰੈਂਟਸ ਨੇ ਵੀ ਬਹੁਤ ਸਾਰੀ ਕੁਆਲਿਟੀਜ਼ ਵਾਲਾ ਡਾਂਸ ਐਂਡ ਰਾਈਮਸ ਵਗੈਰਾ ਪਰਫੋਰਮ ਕੀਤਾ, ਜਿਸ ਦੇ ਵਿੱਚ ਬਹੁਤ ਸਾਰੇ ਐਕਟ ਸੀਗੇ। ਇਸ ਮੇਨ ਫੰਕਸ਼ਨ ਦੀ ਸ਼ੋਭਾ ਸਭ ਤੋਂ ਵੱਧ ਮਿਸਿਜ਼ ਮਨਦੀਪ ਬੱਤਰਾ ਪੰਜਾਬਣ 2019 ਲੁਧਿਆਣੇ ਤੋਂ ਆਏ, ਔਰ ਇਸ ਪ੍ਰੋਗਰਾਮ ਦਾ ਸਾਡਾ ਵੱਧ ਚੜ੍ਹ ਕੇ ਹਿੱਸਾ ਦਿੱਤਾ ਔਰ ਸ਼ੋਭਾ ਵਧਾਈ। ਔਰ ਇਸ ਦੇ ਮੇਨ ਜਿਹੜੇ ਜੱਜਿਸ ਸੀਗੇ ਸਾਡੇ ਪ੍ਰੋਗਰਾਮ ਦੇ, ਸਾਹਿਬਜੋਤ ਪੇਰੈਂਟ ਜੋ ਮੇਰੇ ਪਹਿਲੇ ਬੱਚੇ ਪੜ੍ਹ ਕੇ ਜਾ ਚੁੱਕੇ ਨੇ ਸਾਡੇ ਸਕੂਲ ਦੇ ਵਿੱਚੋਂ, ਸਾਹਿਬਜੋਤ ਪੇਰੈਂਟ, ਜਸਮੀਨ ਕੌਰ ਗਿੱਲ ਦੇ ਪੇਰੈਂਟਸ ਅਤੇ ਰਿਆਂਸ਼ ਮਹੀਨੀਆ ਦੇ ਪੇਰੈਂਟਸ ਸੀਗੇ। ਔਰ ਸਾਡਾ ਇਸ ਫੰਕਸ਼ਨ ਨੂੰ ਕਰਵਾਉਣ ਦਾ ਮੁੱਖ ਟੀਚਾ ਇਹ ਸੀਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਓਵਰਆਲ ਗਰੂਮਿੰਗ ਦੇਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦੇ ਵਿੱਚ ਸਟੇਜ ਦੇ ਉੱਤੇ ਚੜ੍ਹ ਕੇ ਕੁਛ ਕਰਨ ਦਾ ਡਰ ਖਤਮ ਹੋ ਜਾਏ ਔਰ ਉਹ ਵੱਧ ਚੜ੍ਹ ਕੇ ਅੱਗੇ ਆਉਣ, ਹਰ ਚੀਜ਼ 'ਚ ਹਿੱਸਾ ਲੈਣ, ਕੋਈ ਵੀ ਪਿੱਛੇ ਨਾ ਰਹੇ ਆਪਣੇ ਆਪ ਨੂੰ, ਜਿਸ ਕਰਕੇ ਅਸੀਂ ਇਸ ਫੰਕਸ਼ਨ ਨੂੰ ਇਕੱਲੇ ਇਕੱਲੇ ਬੱਚੇ ਨੂੰ ਟਰੋਫੀ ਦੇ ਕੇ ਸਨਮਾਨਿਤ ਕਰਕੇ ਇਸ ਨੂੰ ਅਸੀਂ ਖਤਮ ਕੀਤਾ। ਥੈਂਕ ਯੂ ਸੋ ਮਚ।